ਕੀ ਬਣ ਗਿਆ ਤੇਰਾ ਜ਼ਾਲਮ ਦੀ ਬੱਚੀਏ ਏਦਾਂ ਕੰਮ ਉਹ ਨਾ ਸੋਹਣਿਆ ਨਾ ਕਰ ਉਹਨੂੰ ਤੇ ਇਹਨੂੰ ਦੋਵਾਂ ਲੜਾ ਦੇ ਜਮਾਂ ਇੱਜ਼ਤ ਨਹੀਂ ਹੈਗੀ ਤੇਰੀ ਬਾਈ ਦੇਖ ਲਾ ਤੇ ਸਾਹਮਣੇ ਅੱਖਾਂ ਕੱਢੀ ਜਾਂਦਾ ਯਾਰ ਇਹਨਾਂ ਤੋਂ ਮੈਂ ਲੱਤ ਖਾਂਦਾ ਖਾਂਦਾ ਹੀ ਬਚਿਆ ਹਜੇ ਮੈਂ ਇੱਧਰੋਂ ਦੀ ਨਿਕਲਣ ਲੱਗਾ ਸੀਗਾ ਉਹੀ ਮੈਂ ਦੱਸਣ ਲੱਗਾ ਸੀ ਇੱਥੇ ਠੋਠਾ ਕਰੀ ਫਿਰ ਸਵਾਗਤ ਆ ਵੀਰਾਂ ਦੇ ਘੈਂਟ ਜੇ ਲੋਗ ਦੇ ਤੇ ਅੱਜ ਦੇ ਲੋਗ ਦੀ ਸਟਾਰਟਿੰਗ ਹੋ ਰਹੀ ਆ ਬਾਈ ਜੀ ਦੋ ਮੇਰੇ ਅਨਮੋਲ ਰਤਨਾ ਤੋਂ ਤੇ ਬਾਈ ਜੀ ਅੱਜ ਦਾ ਜਿਹੜਾ ਵਲੌਗ ਹੈ ਨਾ ਬੜਾ ਦਾ ਘੈਂਟ ਹੋਣ ਵਾਲਾ ਕਿਉਂਕਿ ਦੋ ਦਿਨ ਤਾਂ ਯਾਰ ਮੈਂ ਬਿਮਾਰ ਪਿਆ ਸੀ ਤਾਂ ਕੋਈ ਵਲੌਗ ਵਲੂਗ ਨਹੀਂ ਬਣਾਇਆ ਜ਼ਿੰਦਗੀ 'ਚ ਕੀ ਕਰਨਾ ਚਾਹੁੰਦਾ ਤੂੰ ਚੱਲ ਫਿਰ ਕੁੱਤੇ ਨੇ ਚਿੱਚੜਾ ਕਰ ਪੂਰਾ ਵਲੌਗ ਪੂਰਾ ਘੈਂਟ ਹੋਣ ਵਾਲਾ ਕਿਉਂਕਿ ਅੱਜ ਆਪਾਂ ਨੇ ਇੱਕ ਇਹੋ ਜਿਹੀ ਚੀਜ਼ ਕਰਨ ਵਾਲੇ ਆ ਨਾ ਜਿਹੜਾ ਮੋਟਰਸਾਈਕਲ ਉਹਨੂੰ ਪੁੱਠਾ ਹੀ ਲਟਕਾ ਦੇਣਾ ਬਾਈ ਆਪਾਂ ਦੇਖੋ ਦਰਖਤ ਤੇ ਉਹਦਾ ਝੂਲਾ ਹੀ ਬਣਾ ਦੇਣਾ ਦੇਖੀ ਚੱਲਿਓ ਹੁਣ ਬਸ ਜਾ ਕੇ ਆਪਾਂ ਰੱਸੇ ਵਗੈਰਾ ਦਾ ਪ੍ਰਬੰਧ ਕਰਕੇ ਆਉਂਦੇ ਹਾਂ ਤੇ ਯਾਰ ਦੋ ਦਿਨ ਦਾ ਬਾਹਲਾ ਬਿਮਾਰ ਜਿਹਾ ਹੋਇਆ ਪਿਆ ਸੀਗਾ ਸਾਹ ਲੈਣ 'ਚ ਵੀ ਸਾਡੀ ਪ੍ਰੋਬਲਮ ਆਈ ਪਈ ਸੀਗੀ ਉਹ ਏਡੇ ਕੋਈ ਵੱਡੀ ਬਿਮਾਰੀ ਬਿਮੂਰੀ ਨਹੀਂ ਹੈਗੀ ਭਰਾਵੋ ਉੱਦਾਂ ਖਾਂਘੇ ਜ਼ੁਕਾਮ ਦੇ ਕਰਕੇ ਕਹਿੰਦਾ ਠੀਕ ਹੈ ਪੁੱਤ ਰੱਸੇ ਦਾ ਪ੍ਰਬੰਧ ਤੂੰ ਮੇਰੇ ਕੋਲ ਏਡੇ ਏਡੇ ਗੱਪ ਹੀ ਬੋਲੀ ਗਿਆ ਦੋ ਦਿਨ ਮੈਨੂੰ ਉਹੀ ਗਾਲਾਂ ਕੱਢੀ ਗਈ ਮੈਂ ਦੇਖੋ ਬਾਈ ਦੋ ਦਿਨ ਹੋ ਗਏ ਮੈਂ ਕਹਿ ਰਿਹਾ ਮੇਰੇ ਕੋਲ ਆ ਜਾ ਮੇਰੇ ਕੋਲ ਆ ਜਾ ਹਨਾ ਮੈਂ ਕਿਹਾ ਮੇਰੇ ਕੋਲ ਰੱਸਾ ਵੀ ਹੈਗਾ ਸਾਰਾ ਕੁਝ ਹੈਗਾ ਆਪਾਂ ਬਸ ਹੁਣ ਜਾ ਕੇ ਪੀਂਘੀ ਪਾਉਣੀ ਆ ਮੋਟਰਸਾਈਕਲ ਦੀ ਫੇਰ ਜਾ ਕੇ ਤਾਂ ਇਹ ਆਇਆ ਜੇ ਮੈਂ ਕਹਿ ਦਿੰਦਾ ਰੱਸਾ ਵੀ ਲੈ ਕੇ ਆਉਣ ਵਾਲਾ ਫੇਰ ਤਾਂ ਹਾਲਾ ਨੇ ਹਫ਼ਤਾ ਲਾ ਦੇਣਾ ਸੀ ਦਰਖਤ ਵੀ ਲੱਭਣਾ ਹੋਊਗਾ ਜੀ ਦਰਖਤ ਵੀ ਲੱਭਣਾ ਯਾਰ ਉਹ ਤਾਂ ਬਾਦੂ ਲੱਭਿਆ ਨੇ ਆ ਬਈ ਲੱਭਦੇ ਆ ਫਟਾਫਟ ਜਾ ਕੇ ਦਰਖਤ ਆਪਾਂ ਨੂੰ ਚਾਹੀਦਾ ਇਹੋ ਜਿਹਾ ਉੱਪਰਲੇ ਪਾਸੇ ਸਿੱਧਾ ਹੋਵੇ ਤੇ ਰੱਸੀ ਪੈ ਜਾਵੇ ਤੇ ਕੇਰਾਂ ਹੀ ਆਪਾਂ ਐਸ ਰੋਡ ਝੂਲਾ ਬਣਾ ਦਈਏ ਹਨਾ ਉਹਦਾ ਮੋਟਰਸਾਈਕਲ ਨੂੰ ਫਾਂਸੀ ਦੇ ਦੇਣੀ ਆ ਤੇ ਓਦਾਂ ਵੀ ਯਾਰ ਮੈਂ ਨਾ ਫੋਨ ਲਾ ਕੇ ਪੁੱਛਿਆ ਏਜੰਸੀ ਵਾਲੇ ਨੂੰ ਉਹ ਕਹਿ ਰਹੇ ਸੀਗੇ ਵੀ ਜਿਹੜੀ ਗੱਡੀ ਆ ਉਹ ਅੱਜ ਜਾਂ ਫਿਰ ਕੱਲ ਨੂੰ ਮਿਲ ਜਾਣੀ ਆ ਤਾਂ ਉਹ ਵੀ ਜਾ ਕੇ ਯਾਰ ਆਪਾਂ ਦੇਖ ਕੇ ਆਉਂਦੇ ਆ ਕਿਉਂਕਿ ਆਉਣਾ ਜਾਣਾ ਬਾਹਲਾ ਔਖਾ ਹੋਇਆ ਪਿਆ ਅੱਜ ਨੂੰ ਉਹਨਾਂ ਨਾਲ ਘੁੰਮ ਘੁੰਮ ਕੇ ਮੈਂ ਦੁਖੀ ਹੋਇਆ ਪਿਆ ਯਾਰ ਹੁਣ ਮਾੜਾ ਮੋਟਾ ਫੈਮਲੀ ਨਾਲ ਕਿਤੇ ਘੁੰਮੀਏ ਦੂਰ ਜਾਈਏ ਕੋਈ ਵਧੀਆ ਵਧੀਆ ਹਨਾ ਆਪਾਂ ਪਲੇਸਿਸ ਐਕਸਪਲੋਰ ਕਰੀਏ ਟਾਈਮ ਆਇਆ ਸੀਗਾ ਹੁਣ ਘੁੰਮਣ ਫਿਰਨ ਦਾ ਹੁਣ ਗੱਡੀ ਖਰਾਬ ਹੋ ਗਈ ਸੀ ਯਾਰ ਤਾਂ ਮੈਨੂੰ ਹੁਣ ਏਜੰਸੀ 'ਚੋਂ ਫੋਨ ਆਏਗਾ ਵੀ ਅੱਜ ਜਾਂ ਕੱਲ੍ਹ ਨੂੰ ਗੱਡੀ ਮਿਲ ਜੂਗੀ ਉਹ ਵੀ ਜਾ ਕੇ ਦੇਖ ਕੇ ਆਉਂਦੇ ਹਾਂ ਮੈਂ ਪਿਆਸਾ ਯਾਰ ਕੋ ਅਖਬਾਰ ਯਾਰ ਪਿਆਸਾ ਹਾਂ ਮੈਂ ਪਿਆਸਾ ਵਾਲਾ ਯਾਰ ਪਾਣੀ ਪੂਣੀ ਦੀ ਬੋਤਲ ਫੜ ਕੱਲ ਆਪਾਂ ਸਿੰਗਰ ਹੀ ਕੀਤੀ ਤੂੰ ਲੈ ਲਾ ਮੈਂ ਪੀ ਲੈਣਾ ਮੈਂ ਸੌਣ ਲੱਗੀ ਨਾ ਲੈ ਕੇ ਤੀਵਾਂ ਲਿਟਣ ਲੱਗ ਗਿਆ ਮਜ਼ਾਕ ਨੀ ਨਹੀਂ ਝੂਠ ਬੋਲਦਾ ਹਾਲਿਆ ਮੇਰੇ ਤੋਂ ਇਲਾਵਾ ਤੈਨੂੰ ਕੌਣ ਦਵਾ ਸਕਦਾ ਪਹਿਲਾਂ ਮੈਨੂੰ ਇਹ ਦੱਸ ਦੇ ਆਪ ਤੂੰ ਇਹਨਾਂ ਵਾਲਾ ਹੈ ਨੀ ਗਾ ਉੱਤੇ ਕੋਈ ਚੀਜ਼ ਆਪ ਲਈ ਆ ਵੀਰੇ ਮੈਂ ਚੱਲ ਠੀਕ ਆ ਅੱਖ ਦੇ ਕੋਲ ਪੈ ਗਿਆ ਯਾਰ ਤੇਰੀ ਨੀਂਦ ਤਾਂ ਨਹੀਂ ਪੈਗੀ ਮਾੜੀ ਸਾਲਾ ਕਿਸੇ ਦੀ ਸਕੂਟਰੀ ਦੇਖ ਕੇ ਉਹ ਸਕੂਟਰੀ ਤੇ ਬਹਿ ਗਿਆ ਸਾਹਮਣੇ ਕਹਿੰਦਾ ਆਪਣੀ ਆ ਚਾਬੀ ਲਾਈ ਜਾਵੇ ਮੈਂ ਕਿਹਾ ਯਾਰ ਦੇਖੇ ਤਾਂ ਆਪਣੀ ਆ ਕਹਿੰਦੀ ਆ ਕੇ ਹੋਰ ਦੀ ਸੀਗੀ ਸਕੂਟਰੀ ਬਾਈਏ ਦੇਖ ਕੇ ਹੱਸਣ ਲੱਗ ਗਏ ਉੱਥੇ ਗੱਲ ਸੁਣ ਲਾ ਮੇਰੀ ਇੱਕ ਹੋਰ ਪਹਿਲਾਂ ਜਾਂਸੀ ਵਾਲੇ ਦੀ ਚਾਹ ਪੀਣੀ ਆ ਕਹਿੰਦਾ
ਸਹੀ ਗੱਲ ਆ, ਪੈਸੇ ਬਾਹਲੇ ਲੱਗ ਜਾਣੇ ਆ ਗੱਡੀ ਤੇ, ਕਿਉਂਕਿ ਇਹਦੇ ਟਾਇਰ ਆ ਹਨਾ, ਉਹ ਟਾਇਰ ਵੀ ਪਾਉਣਾ ਪੈਣਾ ਵਾ। ਘੋੜਿਆਂ ਦੀ ਮੰਡੀ ਆਈ ਸੀ, ਦੇਖੋ ਬਾਈ ਗਧਾ ਵੀ ਵਿਕਦਾ, ਉਹ ਸ਼ਰਮ ਕਰ ਲਾ ਕੈਰੀ ਸਾਲਿਆ, ਤੂੰ ਹੀ ਨਹੀਂ ਵਿਕ ਰਿਹਾ ਕਿਸੇ ਕੰਮ ਦਾ ਨਹੀਂ ਕਾਰ ਦਾ, ਉਧਰ ਗਧੇ ਤੇ ਵੀ ਬੋਲੀ ਲੱਗ ਰਹੀ ਆ ਓਏ। ਹੁਣ ਆਪਾਂ ਅੰਦਰ ਚੱਲਦੇ ਹਾਂ, ਜਾ ਕੇ ਦੇਖਦੇ ਹਾਂ ਕਿਹੜੇ ਕਿਹੜੇ ਜਾਨਵਰ ਇੱਥੇ ਹੈਗੇ ਆ। ਠੀਕ ਆ, ਕੈਰੀ ਵਾੜੀ ਨਸਲ ਪੈਦਾ ਕਰ ਦੇਣੀ ਆ, ਕੈਰੀ ਨੇ ਅੱਜ ਦੇਖੀ ਚੱਲੋ, ਕਹਿੰਦੇ ਘੋੜੀਆਂ ਨੇ ਦੇਖ ਕੇ ਇਹਨੂੰ ਫਿਦਾ ਹੀ ਹੋ ਜਾਣਾ। ਠੀਕ ਹੈ ਨਾ, ਉਹਦਾ ਠੀਕ ਆ, ਇੱਧਰਲੇ ਪਾਸੇ ਆਹ ਦੇਖ, ਆਹ ਮੈਨੂੰ ਬਹੁਤ ਘੱਟ ਲੱਗਦਾ ਯਾਰ, ਆਹ ਕਿਵੇਂ ਕੁੱਤੇ ਆ ਕਿਹੜਾ ਬਾਈ, ਇਹ ਵੱਡਾ ਗੱਦੀ ਆ ਨਾ ਬਾਈ, ਨਿੱਕੇ ਨਿੱਕੇ ਸਾਲ ਇੱਕੋ ਜਿਹੇ ਲੱਗਦੇ ਆ। ਕਿਹੜਿਆ ਬਾਈ, ਪਿੱਟ ਬੋਲਾ ਇਹ ਜਰਮਨ ਸ਼ੈਫਰ ਆ। ਕੁੱਤਾ ਲੈਣਾ ਯਾਰ, ਮੈਂ ਵੀ ਸੁੱਤੀ ਹੋਏ ਹੈ ਓਏ, ਅਬਰੇ ਤੇ ਵਿਤਨ ਮਸਟੀ ਮੇਲ ਆ ਗੱਦੀ ਕਿਹੜੇ ਬਈ, ਆਹ ਤੇ ਵਿਤਨ ਮਸਟੀ ਮੇਲ ਯਾਰ, ਨਾ ਹੀ ਪਹਿਲੀ ਵਾਰ ਸੁਣਿਆ ਇਹ ਗੱਦੀ ਯਾਰ ਕੀ ਹੁੰਦੇ ਹੋਏ, ਪਰ ਇਹ ਕਹਿੰਦੇ ਉਹ ਕਹਿੰਦੇ ਹੋਣੇ ਹੁੰਦੇ ਆ, ਪਰ ਇਹ ਥੋੜੇ ਘੱਟ ਹੁੰਦੇ ਆ, ਕਹਿੰਦੇ ਇਹਨਾਂ ਨੂੰ ਵੀ ਗੱਦੀ ਨੇ ਸ਼ੇਰ ਆਪਕੇ ਜਿਹੜੇ ਉਹ ਚੀਜ਼ ਆ, ਇਹਨਾਂ ਦਾ ਬਾਲ ਵਾਲੇ ਗੱਦੀ ਹੁੰਦੇ ਨੇ, ਇਹ ਮਤਲਬ ਇਹ ਨੋਰਮਲ ਗੱਦੀ ਆ ਸ਼ੇਰ ਵਰਗੇ, ਇਹ ਗੱਦੀ ਆ ਯਾਰ, ਪਰ ਇਹ ਥੋੜੇ ਕੱਦ ਚ ਘੱਟ ਹੋਣੇ ਆ, ਦੁੱਧ ਉਹਨੂੰ ਜਿਆਦਾ ਜੋੜੇ ਹੋਏ ਆ ਦੋਨੇ ਬੇਰੀ। ਹਾਂਜੀ, ਇਹ ਕਿਹੜੇ ਕ੍ਰੋਸ ਬਰੀਡਿੰਗ ਨਾਲ ਪਤਾ ਨਹੀਂ ਕੀ ਕੋ ਬਣਾ ਦਿੰਦੇ ਆ ਨਾ ਕੁੱਤਿਆਂ ਨੂੰ, ਆਹ ਦੇ ਇਧਰਲੇ ਪਾਸੇ ਨੂੰ ਪੱਪੂ ਜਮਾ ਹੁੰਦੇ ਵਰਗਾ ਸੀ, ਆਹ ਦੇਖੋ ਕਿੰਨੀ ਘੈਂਟ ਆ ਵੇ, ਕਿੰਨਾ ਘੈਂਟ ਆ, ਸੋਰੀ ਕਿੰਨੀ ਨੀ ਕਿੰਨਾ ਘੈਂਟ ਆ। ਯਾਰ ਕੀ ਯਾਰ ਦੱਸ ਹੁਣ, ਅੱਛਾ ਅੱਛਾ ਡੋਗ ਵਾਕ ਕੀਤੀ ਕਰੂਗਾ ਯਾਰ, ਘੋੜਾ ਵਾ ਉਹ ਯਾਰ, ਠੀਕ ਆ ਯਾਰ ਠੀਕ ਆ, ਘੋੜੇ ਨੂੰ ਡੋਗ ਵਾਕ ਕਰਾਈ ਜਾਂਦਾ, ਕਦੇ ਕੈਟ ਵਾਕ ਕਰਾਈ ਜਾਂਦਾ, ਠੀਕ ਆ ਯਾਰ ਓਕੇ। ਆਹ ਖਚਰੇ ਨੂੰ ਤੁਸੀਂ ਰੋਜ਼ ਦੇਖਦੇ ਹੋ, ਖਚਰੇ ਨੂੰ ਹੁਣ ਘੋੜੀਆਂ ਦੇਖੋ, ਰੈਡ ਬੁੱਲ ਪੀ ਕੇ ਪ੍ਰਭਾਵ ਪਾ ਰਿਹਾ ਸਾਰਿਆਂ ਦੇ ਅੱਜ, ਤੁਸੀਂ ਆਹ ਦੇਖ ਸਕਦੇ ਹੋ ਇੱਧਰ, ਤੇ ਆਹ ਦੇਖੋ ਏ ਤੇਰੇ ਅਰਗੇ ਆ, ਸਮਾਂ ਲੱਗੇ ਜਮਾ, ਆਹ ਤਾਂ ਜਮਾ ਹੀ ਤੇਰੇ ਅਰਗਾ, ਦੇਖ ਤਾਂ ਸਹੀ ਬੜਾ ਭਾਰਾ ਜਿਹਾ ਯਾਰ, ਕੁੱਤੇ ਵਰਗਾ, ਕੀ ਕਹਿੰਦਾ ਕਰੀ, ਕਬੂਤਰਾਂ ਦੀ ਬੋਲੀ ਲੱਗਦੀ ਆ। ਹਾਂ ਬਾਈ ਕਬੂਤਰ ਆ ਪੂਰੇ ਤਗੜੇ ਆ, ਉਹ ਦੇਖੋ
ਓਏ ਆਹ ਦੇਖੋ ਯਾਰ ਇੱਕ ਹੋਰ ਮਿਲ ਗਿਆ ਉਹਦੇ ਵਰਗਾ ਹੀ ਹਣਾ ਬੜਾ ਤਗੜਾ ਓਏ ਓਏ ਕੈਰੀ ਓਏ ਕੈਰੀ ਪੰਪ ਮਾਰ ਕੇ ਦੋਵਾਂ ਨੂੰ ਲੜਾ ਦੇ ਓਏ ਉਹਨੂੰ ਤੇ ਇਹਨੂੰ ਦੋਵਾਂ ਨੂੰ ਲੜਾ ਦੇ ਤੇਰੇ ਵੱਲ ਅੱਖਾਂ ਕੱਢੀ ਜਾਂਦਾ ਓਏ ਜਮਾਂ ਇੱਜ਼ਤ ਨੀ ਹੈਗੀ ਤੇਰੀ ਬਾਈ ਦੇਖ ਲਾ ਤੇ ਸਾਹਮਣੇ ਅੱਖਾਂ ਕੱਢੀ ਜਾਂਦਾ ਯਾਰ ਹੈ ਨੀ ਬਾਬਾ ਤੱਤ ਹੈ ਨੀ ਤੇ ਮੁੱਕ ਗਏ ਤੱਤ ਰਫਤਾਰ ਨੇ ਆਹ ਕੰਮ ਵੀ ਸ਼ੁਰੂ ਕਰਤੇ ਬਾਈ ਦੱਸਿਆ ਨੀ ਯਾਰ ਚੱਲ ਕੋਈ ਨੀ ਆਹ ਦੇਖੋ ਇਹ ਕਿੱਡਾ ਘੈਂਟ ਆ 68 ਉਮਰ ਵੀ ਬਾਹਲੀ ਆ ਹੋ ਜਾਂਦੀ ਤਾਂ 4.5 ਸਾਲ ਦਾ ਗੈਰੀ ਤੋਂ ਵੱਡਾ ਉਹ ਦੇ ਜਹਾਜ਼ ਸਮਾਨ ਚ ਗੰਦ ਪਾਈ ਜਾਂਦਾ ਕੈਰੀ ਕੀ ਕਹਿੰਦਾ ਸੀ ਤੂੰ ਤੇਰੇ ਕੋਲ ਹੁੰਦਾ ਇਹ ਜਹਾਜ਼ ਕੀ ਕਰਨਾ ਸੀ ਤੂੰ ਮੈਂ ਜਿਹੜੀ ਕੁੜੀ ਇੰਪ੍ਰੈਸ ਕਰਾ ਕਰਨੀ ਸੀ ਕਰ ਲਈ ਉਹਦਾ ਨਾਂ ਲਿਆ ਜਾ ਕਰਨਾ ਸੀ ਅਸਮਾਨ ਚ ਹੈ ਪਰ ਉਹਨੇ ਫੇਰ ਵੀ ਨਹੀਂ ਇੰਪ੍ਰੈਸ ਹੋਇਆ ਕਰ ਬੜਾ ਰੋਮਾਂਟਿਕ ਆ ਕਹਿੰਦੇ ਕੈਰੀ ਤਾਂ ਅੱਜ ਮੈਂ ਇੱਕ ਨਾ ਕੁੱਤਾ ਪਾਏ ਮਤਲਬ ਪੱਪੀ ਪਾਏ ਕਰਨ ਨੂੰ ਫਿਰਦਾ ਤੁਸੀਂ ਆਹ ਦੇਖੋ ਕਿੰਨਾ ਸੋਹਣਾ ਮੈਂ ਇਹ ਹਨਾ ਵੱਡੂਗਾ ਹੀ ਮਾੜਾ ਮੋਟਾ ਤਾਂ ਹੁਣ ਯਾਰ ਕੁੱਤਾ ਵਾ ਉਹ ਹੁਣ ਤੂੰ ਇਨਸਾਨ ਹੋ ਕੇ ਇੰਨਾ ਵੱਡਦਾ ਮੈਂ ਸਾਰਿਆਂ ਨੂੰ ਉਹ ਕੁੱਤਾ ਹੋ ਕੇ ਵੀ ਨਾ ਵੱਡੇ ਯਾਰ ਹੈ ਕੁੱਤੇ ਵਾਲੇ ਕੰਮ ਸਾਰੇ ਤੂੰ ਫੜੇ ਹੋਏ ਆ ਸਾਰੀ ਵਾਹ ਜੀ ਵਾਹ ਵੀਰੇ ਇਹਦੇ ਵਿੱਚ ਆ ਜਿਹੜਾ ਗੱਲ ਸੁਣੇ ਆ ਹੈਗਾ ਇਹਦਾ ਜਿਹੜਾ ਘਾ ਨਾਲ ਬਣਿਆ ਹੋਇਆ ਹਾਂ ਇਹਦੇ ਵਿੱਚ ਛੋਲੇ ਵਾਲਾ ਓਕੇ ਜੀ ਠੀਕ ਆ ਆ ਜਿਹੜਾ ਤੁਹਾਡੇ ਗੇਟਾਂ ਮੂਰੇ ਘਾ ਹੋ ਗਿਆ ਸਪੈਸ਼ਲ ਸਾਡੇ ਗੇਟਾਂ ਮੂਰੇ ਹੁੰਦੀ ਆ ਡਾਈਟ ਇਹਨਾਂ ਦੀ ਇਧਰੋਂ ਦੀ ਨਾ ਵੀਰੇ ਇਧਰੋਂ ਦੀ ਨਾ ਛਾਤੀ ਚਲਾਤੇ ਨਹੀਂ ਜ਼ੋਰ ਦੀ ਮਾਰਦੇ ਆ 3 ਮਿੰਟ ਸਾਹ ਨਹੀਂ ਆਉਂਦਾ ਵੀਰੇ ਸਰੀਰ ਦੇ 2 ਪਰਚੇ ਕਰ ਲੈਂਦੇ ਆ ਸਹੀ ਗੱਲ ਆ ਆ ਦੇਖੋ ਬਈ ਇਧਰਲੇ ਪਾਸੇ ਆ ਵੀ ਲੱਗਿਆ ਹੋਇਆ ਮੈਨੂੰ ਤਾਂ ਲੈ ਰਹੀ ਯਾਰ ਕੋਕਰੀ ਕੁੱਤੀ ਫਟਾ ਫਟਾ ਲੈ ਯਾਰ ਤੇਰੀ ਤੂੰ ਵੀਰ ਆ ਗਿਆ ਤੇਰੀ ਦਗੜ ਦਗੜ ਕਰ ਕੈਰੀ ਸਵਾਰੀ ਕਰਾਇਆ ਕਰਨੀ ਹੈ ਕੈਰੀ ਸਵਾਰੀ ਦੇਖੀ ਚੱਲ ਟਿਕਟਾਂ ਲਾ ਦਿੰਦੀਆਂ ਮੁੰਡਿਆਂ ਲਈ 1000 ਰੁਪਈਆ ਕੁੜੀ ਵਾਲੀ ਫ੍ਰੀ ਨਹੀਂ ਮੁੰਡਿਆਂ ਲਈ ਤਾਂ ਚੱਲ ਲੱਖ ਦੇ ਦਿੰਦਾ ਮੁੰਡੇ ਵੀ 1000 ਰੁਪਏ ਚ ਮੰਨ ਜਾਂਦਾ ਏ ਤੁਸੀਂ ਇਧਰਲੇ ਪਾਸੇ ਇੱਕ ਵਾਰੀ ਦੇਖੋ ਤੇ ਕਾਹ ਇਹਨ ਤੋਂ ਮੈਂ ਲੱਤ ਖਾਂਦਾ ਖਾਂਦਾ ਹੀ ਬਚਿਆ ਹਾਂ ਜੀ ਮੈਂ ਇਧਰੋਂ ਦੀ ਨਿਕਲਣ ਲੱਗਾ ਸੀਗਾ ਉਹੀ ਮੈਂ ਦੱਸਣ ਲੱਗਾ ਸੀ ਇੱਥੇ ਇੱਧਰ ਨੂੰ ਮੈਂ ਆਉਣ ਲੱਗੇਗਾ ਲੱਤ ਪਰ ਉਹਨੇ ਹਾਂ ਟਰਾਈ ਤਾਂ ਕੀਤੀ ਸੀ ਉਹਨੇ ਪਰ ਮੈਂ ਥੋੜਾ ਦੂਰ ਸੀਗਾ ਤਾਂ ਬਚ ਗਿਆ ਹੈਲੋ ਬਾਈ ਹੁਣੀ ਕਹਿੰਦੇ ਕਹਿੰਦੇ ਸਾਡੇ ਵੀ ਛੱਡ ਦਿੰਦਾ ਲੱਤਾਂ ਇਹ ਨਾ ਕੀ ਆ ਬਾਈ ਇਹਦਾ ਅਕਬਰ ਵਾਹ ਜੀ ਵਾਹ ਡੋਗ ਮਿਲ ਨੀ ਰਿਹਾ ਜਿਹੜਾ ਮੈਨੂੰ ਚਾਹੀਦਾ ਹੈਗੇ ਆ ਬਟ ਨਾ ਪੱਪੀ ਨੀ ਹੈਗੇ ਬਾਹਲੇ ਵੱਡੇ ਆ ਗੱਪ ਮਾਰੀ ਜਾਂਦਾ ਇਹ ਤੋਂ ਪੁੱਛੋ ਵੀ ਡੋਗ ਲੈਣਾ ਕਿਹੜਾ ਵਾ ਜਦੋਂ ਘਰ ਦੇ ਰੱਖਣ ਨੀ ਦਿੰਦੇ ਉਧਰੋਂ ਪਰਮਿਸ਼ਨ ਨੀ ਲੈਂਦਾ ਉਹੀ ਆ ਕੇ ਕਹਿੰਦੇ ਵੀ ਡੋਗ ਮਿਲ ਨੀ ਰਿਹਾ ਸੱਚੀ ਯਾਰ ਮੈਂ ਬਹੁਤ ਜ਼ਿਆਦਾ ਦੇਖ ਰਿਹਾ ਵਾ
ਜਿਹੜਾ ਪਿਛਲੀ ਵਾਰੀ ਸੀਗਾ ਨਾ ਉਹ ਮੈਂ ਲੈ ਆਇਆ ਸੀਗਾ ਦੂਜਾ ਆਪਣਾ ਬੀਗਲ, ਤਾਂ ਉਹਨੇ ਇੰਨਾ ਤੰਗ ਕੀਤਾ ਤਾਂ ਕਰਕੇ ਉਹ ਵੀ ਉਹਦਾ ਵੀ ਇੱਕ ਸੀਨ ਹੋਇਆ ਸੀਗਾ ਬੋਹਿਆਂ ਨੇ ਪੋਹੇ 'ਤੇ, ਫਿਰ ਡੋਗ ਕਿੱਥੇ ਗਿਆ ਉਹ ਵਾਲਾ, ਉਹ ਮੈਂ ਕਿਸੇ ਨੂੰ ਫੜਾ ਕੇ ਆਇਆ ਸੀਗਾ ਥੋੜ੍ਹੇ ਟਾਈਮ ਲਈ, ਹੈ ਨਾ ਵੀ ਚੱਲ ਸਾਂਭ ਲੈਣਗੇ ਕਿਉਂਕਿ ਮੈਂ ਜਾਣਾ ਸੀਗਾ ਇੱਕ ਵਿਆਹ 'ਤੇ, ਤਾਂ ਮੈਨੂੰ ਹਫ਼ਤਾ ਦੋ ਹਫ਼ਤਾ ਲੱਗ ਜਾਣੇ ਸੀਗੇ ਉੱਥੇ, ਤਾਂ ਕਰਕੇ ਮੈਂ ਫੜਾ ਕੇ ਆਇਆ ਡੋਗ, ਅਤੇ ਉਹਨਾਂ ਦਾ ਜੀਓ ਹੀ ਲੱਗ ਗਿਆ ਡੋਗ ਨਾਲ, ਤਾਂ ਕਰਕੇ ਫਿਰ ਉਹਨਾਂ ਨੇ ਦਿੱਤਾ ਹੀ ਨਹੀਂ ਉਦੂ ਬਾਅਦ ਯਾਰ, ਤਾਂ ਫਿਰ ਮੈਂ ਵੀ ਨਹੀਂ ਮੰਗਿਆ। ਆਹ ਦੇਖੋ ਯਾਰ, ਪਤਾ ਕੀ ਚੱਕਰ, ਇਹ ਨਾ ਮੈਂ ਮਤਲਬ ਕਦੇ ਦੇਖੇ ਨਹੀਂ, ਪਹਿਲਾਂ ਵੀਡੀਓ ਵਿੱਚ ਵੀ ਬਹੁਤ ਰੇਅਰ ਦੇਖਿਆ, ਜਿਵੇਂ ਉਹ ਵਾਲਾ ਤਾਂ ਕਦੇ ਵੀ ਨਹੀਂ ਦੇਖਿਆ, ਤੁਸੀਂ ਵੀ ਬਹੁਤ ਰੇਅਰ ਦੇਖਿਆ ਹੋਣਾ ਜਾਂ ਤੁਸੀਂ ਦੇਖਿਆ ਹੀ ਨਹੀਂ ਹੋਣਾ ਯਾਰ, ਜੇ ਤੁਸੀਂ ਮਤਲਬ ਇਹਨਾਂ ਵਿੱਚ ਇੰਟਰਸਟ ਨਹੀਂ ਰੱਖਦੇ ਨਾ, ਫਿਰ ਆਪਾਂ ਨੂੰ ਕੀ ਪਤਾ ਹੁੰਦਾ। ਬਟ ਹੈ ਦੇਖੋ ਯਾਰ, ਹੈ ਨਾ, ਉਹ ਦੇਖੋ ਉਹ ਰਿਹਾ, ਆਹ ਵੀ ਕੁੱਕੜ ਆ, ਆਹ ਦੇਖੋ ਬਹੁਤ ਬਰੀਡਾਂ ਨੇ ਯਾਰ, ਹੈ ਨਾ, ਹੁਣ ਆ ਚੁੱਕੇ ਹਾਂ ਬਾਈ ਜੀ ਏਜੰਸੀ ਤੇ, ਹੁਣ ਇੱਥੋਂ ਪੁੱਛਦੇ ਹਾਂ ਗੱਡੀ ਦਾ ਕੀ ਬਣਦਾ ਤੇ ਕਿੰਨੇ ਪੈਸੇ ਲੱਗਦੇ, ਉਹ ਵੀ ਦੱਸਦੇ ਆ, ਕਿਉਂਕਿ ਹੁਣ ਤਾਂ ਕਮ ਸੇ ਕਮ ਹਫ਼ਤਾ ਹੀ ਹੋ ਗਿਆ, ਹੈ ਨਾ, ਗੱਡੀ ਮਤਲਬ ਹੈ ਨਹੀਂ ਆਪਣੇ ਕੋਲੇ, ਤੇ ਪਹਿਲਾਂ ਉੱਪਰ ਖੜੀ ਹੁੰਦੀ ਉੱਥੇ ਚੱਕਲੀ ਹੋਈ, ਇਹਨਾਂ ਨੇ ਚੱਕਲੀ ਆ, ਹਾਂ ਉੱਪਰ ਤਾਂ ਨਹੀਂ ਖੜੀ, ਹੈ ਨਾ, ਕਹਿੰਦਾ ਮੈਨੂੰ ਮਤਲਬ ਕੰਮ ਹੋ ਰਿਹਾ ਦੱਸਿਆ ਤਾਂ ਹੈ ਉਹਦੇ ਯਾਰ, ਕਾਲੀ ਜਵਾਨ ਵਾਲੇ, ਕਾਲੀ ਸ਼ਕਲ ਵਾਲੇ, ਕਾਲੀ ਹਰਕਤਾਂ ਵਾਲੇ, ਕਾਲੀਆਂ ਕਰਤੂਤਾਂ ਵਾਲੇ, ਸਟਿਪਣੀ ਪਿੱਛੇ ਪਾਤੀ ਤੇ ਉਹ ਟਾਇਰ ਆ ਰਿਹਾ, ਕੀ ਬਣ ਗਿਆ ਤੇਰਾ ਜ਼ਾਲਮ ਦੀ ਬੱਚੀਏ। ਮੇਰਾ ਇੱਕ ਫੋਨ ਉਰੇ ਰਹਿ ਗਿਆ ਸੀਗਾ ਯਾਰ, ਹੁਣ ਸ਼ਾਇਦ ਇੱਥੇ ਹੋਵੇ, ਪਤਾ ਨਹੀਂ ਮੈਂ ਕੱਢ ਲਿਆ ਸੀ, ਪਤਾ ਨਹੀਂ ਨਹੀਂ ਸ਼ਾਇਦ ਮੈਂ ਕੱਢ ਲਿਆ ਹੋਣਾ ਯਾਰ, ਇਹੋ ਜਿਹਾ ਤਾਂ ਮੈਂ ਹੈ ਨਹੀਂ ਵੈਸੇ। ਹਾਂ ਵੀ ਪੋਪਲੂ ਕਿਵੇਂ ਆ, ਹੈਗਾ ਦੇਖੀ ਫੋਨ ਉੱਥੇ, ਐਨਕਾਂ ਵੀ ਹੈਗੀਆਂ ਵੀਰੇ ਪਰਾਡੇ ਦੀਆਂ, ਓਹੋ ਹੋ ਹੋ ਕਿੰਨਾ ਗੰਦ ਪਾਇਆ ਹੋਇਆ, ਸਰਵਿਸ ਵੀ ਹੋਣ ਵਾਲੀ ਹੈ ਇਹਦੀ, ਇੱਧਰ ਨਾ ਡਿੱਗ ਜੀ ਕਿਤੇ ਭਰਾਵਾ, ਇੱਧਰ ਆ ਜਾ, ਤੇਰਾ ਇੰਸ਼ੋਰੈਂਸ ਕਰਾਉਣਾ ਪਵੇ, ਉਹ ਨਹੀਂ ਕਰਾਇਆ ਹੋਇਆ ਜਿਹੜਾ ਆਹ ਟਾਇਰ ਆ ਨਾ, ਇਹ ਨਵਾਂ ਪਾਉਣਾ ਪੈਣਾ ਤੇ ਆਪਾਂ ਨੂੰ ਇਹ ਪਾਉਣ ਲਈ ਜਾਣਾ ਪੈਣਾ ਚੰਡੀਗੜ੍ਹ, ਉੱਧਰਲਾ ਖੋਲ੍ਹ ਕੇ ਉਰੇ ਪਾਤਾ, ਇਹ ਜਮ੍ਹਾਂ ਪਾੜ ਗਏ ਸੀ ਨਾ ਟਾਇਰ, ਤਾਂ ਕਰਕੇ ਸਸਪੈਂਸ਼ਨ ਵਗੈਰਾ ਪੈਣੇ ਸੀਗੇ ਉਹ ਚੈੱਕ ਕਰਨ ਲਈ, ਪਿਛਲਾ ਮੂਹਰੇ ਪਾਤਾ ਸੀ ਟਾਇਰ। ਹਾਂ ਵੀ ਕਹਿ ਲੈਣੇ ਆ ਪੰਗੇ ਪੁੱਠੇ ਹੁਣ, ਨਹੀਂ ਮੈਂ ਪਤਾ ਕੀ ਕਹਿੰਦਾ, ਰੱਸਾ ਬੰਨ ਕੇ ਮੈਂ ਦੱਸਦਾ, ਜਿਹੜਾ ਉਹ ਹੁੰਦਾ ਨਾ ਆਪਣਾ ਦਰਖਤ ਸੂਏ ਦੇ ਨਾਲ ਬੰਨਿਆ, ਉਹਦੇ ਉੱਪਰ ਰੱਸਾ ਬੰਨ ਕੇ ਇਹਨੂੰ ਬੋਨੇ ਆ ਦਸਤਾਰ ਨੂੰ, ਰਫੂ ਮੈਨ ਬਣਾ ਦਿੰਦੇ ਇਹਨੂੰ, ਹੁਣ ਮਾਏ ਰੱਸਾ ਬਾਹਲਾ ਮੋਟਾ ਦੇ ਰੱਸਾ ਬਾਬਾ ਆਪਾਂ ਨੂੰ, ਕਿਉਂਕਿ ਕਿੰਨੇ ਕਿਲੋ ਦਾ ਹੋਊਗਾ ਆਪਣਾ ਉਹ ਮੋਟਰਸਾਈਕਲ, ਕੁਇੰਟਲ ਦਾ, ਕੁਇੰਟਲ ਦਾ ਨਹੀਂ ਹੋਣਾ, ਐਵੇਂ 60-70 ਕਿਲੋ ਦਾ ਬਾਈ, ਸਪਲੈਂਡਰ ਕਿੰਨੇ ਕਿਲੋ ਦਾ ਹੋਊਗਾ, 70 ਕਿਲੋ ਹਜੇ ਤੱਕ ਚੰਡੋਲ ਵਗੈਰਾ ਲੱਗੇ ਹੋਏ ਆ, ਤਾਂ ਉਧਰ ਵੀ ਟਰਾਈ ਕਰਦੇ ਆ, ਚੰਡੋਲ ਤੇ ਨਾ ਇੱਕ ਤਾਂ ਵਿੱਚ ਬੈਠਦੇ ਹੁੰਦੇ ਆ, ਪਰਨਾ ਬੰਨ ਕੇ ਚੰਡੋਲ ਦੇ ਨਾਲ, ਦੂਜੇ ਨੂੰ ਪਰਨਾ ਜਾਂ ਕੋਈ ਵੀ ਕੱਪੜੇ ਜਿਹੇ ਰਾਜ ਟੈਂਟ ਵਾਲੀ ਪੀਂਘ ਪਾ ਕੇ ਬਹਿ ਜਾ, ਪੀਂਘ ਪਾ ਕੇ ਨਾਲ ਬੈਠੋ, ਬੜਾ ਯਾਰ ਮੈਂ ਤੇਰੇ ਨਾਲ ਆ।
ਤੇ ਤੂੰ ਬੈਠੀ ਠੀਕ ਆ? ਨਹੀਂ ਮੈਂ ਮਤਲਬ ਤੇਰੇ ਨਾਲ ਚੰਡੋਲ ਦੇ ਅੰਦਰ ਨਹੀਂ ਹੈਡ ਬੈਠੂ, ਤੇ ਤੈਨੂੰ ਬਾਹਰ ਲੈ ਜਿਹੜਾ ਫੜ ਕੇ ਬੈਠੂ ਮੈਂ। ਚਲੋ ਛੱਡੋ ਯਾਰ, ਇਹ ਤਾਂ ਬੜੀ ਬਕਵਾਸ ਕਰਦਾ। ਹੁਣ ਆਪਾਂ ਚੱਲੇ ਰੱਸਾ ਲੈਣ ਤੇ ਬੰਨ ਕੇ ਆਪਾਂ ਆਪਣੇ ਪਿੜਪੜ ਨੂੰ ਪੂਰੀ ਪੀਂਘ ਬਣਾਉਣੀ ਆ ਉਹਦੀ। ਉਹ ਪੀਂਘ ਦੀ ਗੱਲ ਕਰਦਾ ਇਹ, ਤਾਂ ਫਟਾਫਟ ਚੱਲਦੇ ਹੁਣ ਆਪਾਂ ਰੱਸਾ ਲੱਭ ਰਹੇ। ਹੁਣ ਆਪਾਂ ਬਾਈ ਜੀ ਰੱਸਾ ਖਰੀਦਣ ਆਇਆ ਤੇ ਐਡਾ ਮੋਟਾ ਰੱਸਾ ਵਾ ਇਹ, ਤੇ ਕਮ ਸੇ ਕਮ ਆਪਾਂ 30 ਫੁੱਟ ਰੱਸਾ ਆਪਾਂ ਨੂੰ ਚਾਹੀਦਾ। ਉਹ ਤਾਂ ਬਹੁਤ ਜ਼ਿਆਦਾ ਹੋ ਗਿਆ ਹਨਾ ਵੈਸੇ। ਹਾਂ ਆਪਾਂ ਜਦੋਂ ਪਤਾ ਕੀ ਚੱਕਰ, ਦਰੱਖਤ ਜਾਂ ਕੋਈ ਵੀ ਉਹ ਜਿਹੜੀ ਚੀਜ਼ ਹੋਊਗੀ ਪੋਲੋਂ ਦੇ ਉੱਪਰੋਂ ਦੀ ਐਸ ਲੋਡ ਘੁਮਾ ਕੇ ਮੋਟਰਸਾਈਕਲ ਨੂੰ ਬੰਨਣਾ ਵਾ ਹਨਾ, ਇਹਨੂੰ ਬੰਨਣ ਦੇ ਕੰਮ ਵੀ ਆਜੂਗਾ। ਇੱਕ ਗੱਲ ਸੋਚੀ ਜਾਂਦਾ ਹਜੇ ਵੀ ਇੱਕ, ਹਾਂ ਰਸਤਾ ਆਪਣਾ ਆਏ ਹੋਣਾ, ਅਹੀਂ ਆਏ ਹੋਣਾ, ਮੈਂ ਉਹੀ ਕਹਿ ਰਿਹਾ। ਕਿੰਨਾ ਬਈ 30 ਫੁੱਟ ਹੋ ਗਿਆ, ਕੱਟਦੀ ਫਿਰ। ਹਾਂ ਬਹੁਤ ਗੰਡ ਵੱਜੀ ਜੂਗੀ, ਗੰਡ ਵੱਜੀ ਜੂ ਨੂੰ ਗਾੜ ਤਾਂ ਦੁੱਧ ਦੇ ਯਾਰ। ਉਹ ਤਾਂ ਆਪਣੇ ਤੇ ਤੁਰਨਾ ਵੱਜੂ ਹਨਾ, ਮੇਨ ਤਾਂ ਜ਼ਿੰਮੇਵਾਰ ਹੋਊਗਾ ਠੀਕ ਹੈ। ਸਾਡੇ ਜੇ ਕੋ ਹੋਇਆ ਵੱਜਿਆ ਵੁੱਜਿਆ ਸਾਡੇ ਡਿੱਗੇ ਜੇ ਅਸੀਂ ਠੀਕ ਆ। ਲਾਸਟ ਰਾਈਡ ਲੈਣ ਦੇ ਵਿੱਚ ਸਭ ਤੋਂ ਪਹਿਲਾਂ ਲਾਂਤਾ ਤੈਨੂੰ ਪੈਣੀ ਆ। ਪੰਗੇ ਵਾਲੇ ਲੈਂਦੇ ਆ, ਇੱਕ ਤਾਂ ਲੋਕਾਂ ਨੇ ਕਹਿਣਾ ਪੰਗੇ ਆਪ ਲੈਂਦੇ ਆ ਨਾ ਦੂਜੇ ਦਾ। ਇੱਕ ਵਾਰੀ ਤੇ ਬਾ ਲਾਂਤਾ ਪਾਉਣ ਵਾਲੇ ਬੰਨ ਗਏ ਜੇ ਕਰ ਗਏ। ਬਾ ਠੀਕ ਆ, ਨਹੀਂ ਨਹੀਂ ਤਾਂ ਇੱਕ ਹੋਰ ਚੀਜ਼ ਆਉਂਦੀ ਆ, ਉਹ ਆਉਂਦੀ ਆਪਣੀ ਲੋਕ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਲੱਗਦਾ ਕਲੰਪ ਕਲੰਪ ਨਹੀਂ ਕਲੰਪ ਨਹੀਂ। ਪਤਾ ਕੀ ਚੱਕਰ ਹੈ, ਮਨ ਕੀ ਤਾਂ 200 ਕਿਲੋ ਹਨਾ ਭਾਰ ਹੋਣਾ ਇਹਦੇ ਉੱਪਰ, ਜੇ ਖੁੱਲ ਗਿਆ ਉਹ ਸਾਡਾ ਸਾਰਾ ਕੁਝ ਖੁੱਲ ਜਾਣਾ। ਉਹ ਤਾਰਾਂ ਨੂੰ ਨਹੀਂ ਪਾਏ ਹੁੰਦੇ ਆ ਜਿਹੜੀ ਮੇਨ ਤਾਰਾਂ ਆ ਆਪਣੇ, ਹਾਂ ਹਾਂ ਇਹਨਾਂ ਨੂੰ ਪਾਉਂਦੀਆਂ ਨੇ ਉਹ ਏਡੀਆਂ ਸਾਰੀਆਂ ਹੁੰਦੀਆਂ। ਮੈਂ ਸਮਝ ਗਿਆ ਭਾਈ, ਥੱਲੇ ਪਹੁੰਚਦੇ ਆ ਉਹਦੇ ਕੋਲੇ ਹੁਣ ਆਹੋ ਜਗਾੜ ਜਿਹਾ, ਜਗਾੜ ਜਿਹਾ ਹੈਗਾ ਮੇਰੇ ਹਿਸਾਬ ਨਾਲ ਸ਼ਾਇਦ। ਆਹ ਐਸ ਲੋਡ ਹਨਾ ਫੋਨ ਵਿੱਚੋਂ ਦੀ ਫੋਨ ਕਹੀ ਨਾ ਫੜੀ ਮੜਿਆ ਏਦਾਂ ਕੰਮ ਉਹ ਨਾ ਸੋਹਣੇ ਨਾ ਕਰ। ਉਹਦੇ ਵਿੱਚੋਂ ਦੀ ਕੀ ਹੁੰਦਾ, ਮੋਟਰਸਾਈਕਲ ਦੇ ਵਿੱਚੋਂ ਦੀ ਐਸ ਲੋਡ ਪਾ ਕੇ ਉਹਨੇ ਗੱਠ ਦੇਣੀ ਆ, ਜੇ ਗੱਠ ਨਾ ਵੱਜੀ ਸਾਡੀ ਵੱਜੇ ਨਹੀਂ। ਜੇ ਮੇਰੇ ਸੱਟ ਸੁੱਟ ਵੱਜੀ ਬਲੀਨੋ ਵਿੱਚ ਲਾਸਟ ਰਾਈਡ ਲੈ ਕੇ ਉਹਦਾ ਪਿੱਛੇ ਲਗਾ ਲਵਾ ਲੈ ਯਾਰ, ਤੇਰੇ ਤੇਰਾ ਪੋਰਟਰ ਬਣਾ ਦਿਆ ਕਰਾਂ। ਪੋਰਟਰ ਬਣਾਵੇਂਗਾ ਦੱਸ ਯਾਰ, ਉਹੀ ਦੱਸ ਨਹੀਂ ਮੈਂ ਚੱਲਿਆ ਯਾਰ, ਟੈਨਸ਼ਨ ਨਾ ਲੈ ਯਾਰ, ਮੈਂ ਆਪਦੇ ਹੱਥਾਂ ਨਾਲ ਮਾਰੂ। ਹੁਣ ਡਰਿੱਲ ਖਰੀਦਾਂਗੇ ਥੱਲੇ ਜਾ ਕੇ ਹਨਾ ਬਈ। ਹੁਣ ਮੇਨ ਗੱਲ ਆਇਆ, ਇਹ ਕਹਿੰਦਾ ਘਰ ਦਾ ਵਾਲਪੇਪਰ ਖਰਾਬ ਕਰ ਲਾ, ਕਦੇ ਕਿਤੇ ਗਲੀ ਕੱਢ ਰਹੀ ਕਦੇ ਕਿਤੇ। ਸਹੀ ਗੱਲ ਆ, ਫੇਰ ਮੰਡੀਰ ਨੇ ਕਹਿਣਾ ਵੀ ਹੁਣ ਡਰਿੱਲ ਤਾਂ ਲੈ ਲਈ ਹੋਈ ਆ, ਹੁਣ ਬਸ ਫੋਟੋਆਂ ਤਰ੍ਹਾਂ ਤਰ੍ਹਾਂ ਦੀਆਂ ਲਾਈ ਜਾਣੀਆਂ ਨੇ। ਫੋਟੋਆਂ ਆਪਾਂ ਹੁਣ ਸਾਰੀਆਂ ਯਾਰ ਜਿਹੜੀਆਂ ਵਿਆਹ ਸ਼ਾਦੀ ਵਾਲੀਆਂ ਜਿਹੜੀਆਂ ਵੀ ਫੋਟੋਆਂ ਨੇ ਉਹ ਲਾਉਂਦੇ ਹਾਂ ਹੁਣ ਘਰੇ ਆ ਕੇ। ਮੈਨੂੰ ਵੀ ਲਾਰੀ ਲਾਉਣਾ ਹੁਣ, ਤੂੰ ਆ ਗਿਆ ਆ ਗਿਆ। ਹੁਣ ਸਹੀ ਆ ਰੱਸਾ, ਇਹ ਆ ਡਰਿੱਲ ਵੀ ਲੈ ਲਈ ਆ ਠੀਕ ਆ, ਇਹਦੇ ਵਿੱਚੋਂ ਹੀ ਕੱਢ ਕੇ ਨਾ ਮੋਰੀ ਤੇ ਆਪਾਂ ਨਟ ਕੱਸ ਦੇਣੇ ਆ। ਓਕੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਲਾਰਾ ਕਦੋਂ ਲਾਉਂਦਾ? ਹਾਂ, ਮੈਂ ਤੁਹਾਨੂੰ ਲਾਰੀ ਲਾਉਣ ਤੋਂ ਬਾਅਦ ਆਉਂਦਾ, ਤੈਨੂੰ ਚਾਹ ਚੜਨਾ ਵੀ ਸ਼ੁਕਰ ਆ ਗਿਆ। ਜੇ ਮੈਂ ਤੇਰੇ ਨਾਲ ਪਹਿਲੇ ਫੋਨ ਤੇ ਜਾਣ ਲੱਗ ਗਿਆ ਨਾ ਵੀ ਮੈਂ ਆ ਗਿਆ, ਕਦਰ ਨਹੀਂ ਰਹਿਣੀ, ਕਦਰ ਨਹੀਂ ਕਰਨੀ ਬਾਈ। ਬਈ ਲਾਰਾ ਦੱਸ, ਠੀਕ ਆ ਯਾਰ, ਬਹੁਤ ਵਧੀਆ ਗੱਲ ਆ ਇਹ ਬਾਈ। ਮੈਂ ਤੁਹਾਨੂੰ ਵੀ ਸਾਰੇ ਨੂੰ ਕਹਿੰਦਾ ਲਾਰਾ ਲਾਵਾ, ਪੰਗੇ ਲੈਣੇ ਆ ਹੁਣ ਘਰੇ ਨਾ ਭਾਜੀ। ਅੱਜ ਨਹੀਂ, ਕੱਲ ਨੂੰ ਲਵਾਂਗੇ। ਅੱਛਾ, ਕੱਲ ਨੂੰ ਜਦੋਂ ਤੱਕ ਆਪਾਂ ਬੰਨਾ ਕਿ ਨਾਲ ਹੀ ਕਿ ਹਨੇਰਾ ਇਹਨਾਂ ਕੋਲ ਦੇਖ ਲਓ ਹਟ ਜਾਣਾ, ਮੁੜ ਕੇ ਕਹਾਂਗੇ ਚਲੋ ਵੀ ਕੱਲ ਨੂੰ ਬੰਨ ਲਾਂਗੇ। ਚਲ ਠੀਕ ਆ ਬਾਈ, ਉਹ ਬਲੌਗ ਕੱਲ ਨੂੰ ਵਾਦੂਗਾ ਫਿਰ, ਠੀਕ ਆ। ਓਕੇ ਆ, ਹਾਂ ਇਹਦੇ ਨਾਲ ਬੰਨਣ ਵਾਲੇ ਕੋਈ ਗੱਠ ਨਹੀਂ ਪੈਣੀ ਇਹਨੂੰ, ਤਾਂ ਕਰਕੇ ਕਲੰਪ ਜੇ ਚਾਹੀਦੇ ਆ ਜਿਹੜਾ ਇਹਨੂੰ ਹੋਲਡ ਕਰਕੇ ਰੱਖਣ, ਕਿਉਂਕਿ ਜੇ ਉਹਨੇ ਬਹਿ ਕੇ ਉੱਥੇ ਬਾਂਦਰ ਪਟੂਸ਼ੀਆਂ ਲਾਉਣੀਆਂ ਨੇ ਨਾ, ਬੜਾ ਔਖਾ ਹੋ ਜਾਣਾ ਯਾਰ। ਤੇਰੀ ਸੌਂਹ ਲੱਗੀ।
ਕਹਿ ਮੈਂ ਤਿਆਰ ਕਰਾਂ ਆ ਜਾ ਮੈਂ ਪਿੰਡੋਂ ਵੀ ਆਇਆ ਨਾ ਫੁੱਲ ਤੇ ਵੀ ਗਾਲਾਂ ਕੱਢੋ ਵੀ ਅੱਜ ਤਾਂ ਇਹ ਹੋਇਆ ਜਦੋਂ ਘਰੇ ਆਇਆ ਰੋਟੀ ਖਾ ਲਾ ਯਾਰ ਫਿਰ ਕੀ ਹੋ ਗਿਆ ਡ੍ਰਿਲ ਆ ਗਈ ਹੁਣ ਤਾਂ ਮੇਰੇ ਵੀਰੇ ਉਹ ਕਹਿ ਦੱਸ ਕਿਤੇ ਮੋਰੀ ਮੋਰੀ ਨਹੀਂ ਕਢਾਉਣੀ ਘਰੇ ਮੈਂ ਯਾਰ ਮੱਥੇ 'ਚ ਕਢਾਉਣੀ ਆਪਦੇ ਸਹੀ ਗੱਲ ਆ ਇੱਥੇ ਕੋਲ ਲਿਖਾ ਲਾ ਓਏ ਇੱਕ ਲੈਡ ਲੈ ਦਰਾ ਸਿੰਗਲ ਇੱਕ ਹੈਡ ਦਾ ਕਮਿਟਡ ਜਦੋਂ ਕਹੇ ਸੀ ਲੀਗਲ ਜਾਇਆ ਕਰਨਾ ਬਹੁਤ ਮੱਥੇ ਦੇ ਆਏ ਲਾ ਕੇ ਜਾ ਰਿਹਾ ਕਰਨਾ ਜਦੋਂ ਬਾਹਰ ਇਕੱਲੇ ਨੇ ਜਾਇਆ ਕਰਾ ਸਿੰਗਲ ਸਿੰਗਲ ਵਾਲਾ ਵੀ ਮੈਂ ਸਿੰਗਲ ਆ ਤੇ ਦੇਖੀ ਮੈਨੂੰ ਕੁੜੀਆਂ ਕਿੰਨੀਆਂ ਲਾਂਤਾ ਪਾਉਂਦੀਆਂ ਹੁਣ ਬਈ ਸਮਾਨ ਖਰੀਦ ਲਿਆ ਹੁਣ ਜਾ ਕੇ ਦਰਖਤ ਲੱਭਦੇ ਆ ਜੇ ਹੁਣ ਟਾਈਮ ਹੋਇਆ ਹੁਣ ਆਪਾਂ ਰੱਸਾ ਪਾਲਾਂਗੇ ਨਹੀਂ ਤਾਂ ਫਿਰ ਕੱਲ ਨੂੰ ਪਾਲਾਂਗੇ ਬਲੌਗ ਆ ਜਾਊਗਾ ਰੱਸਾ ਪਾਵਾਂਗੇ ਫਟਾਫਟ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਇਸ ਤਰ੍ਹਾਂ ਦੇ ਬਲੌਗ ਹੋਰ ਦੇਖਣ ਲਈ ਬਾਕੀ ਆਪਾਂ ਮਿਲਦੇ ਹਾਂ ਨੈਕਸਟ ਕਿਸੇ ਘੈਂਟ ਦੇ ਬਲੌਗ ਦੇ ਵਿੱਚ ਟਿਲ ਦੈਨ ਪੀਸ ਆਊਟ।